प्रोग्राम की शुरुआत करांगे उन्हां लोकां दी गल करके जिहड़े कैनेडा दे विच रह रहे आ पर उन्हां दा कोई स्टेटस है नहीं गा, ना उन्हां कोल वर्क परमिट आ, ना उन्हां दे कोल पढ़ाई दा वीज़ा आ, ना उन्हां दे कोल पक्के डाकूमेंट आ, कच्चे रह रहे आ पर लुक छिप के गैर कानूनी तरीके दे नाल काम कर रहे आ। कई बार ये गल चलती रही आ कि कनेडा नूं कामियां दी बहुत वड्डी लोड़ आ ते जिहड़े लोक इत्थे रह रहे आ इलीगल तौर दे उत्ते उन्हां नूं क्यों नहीं कोई इहो जिहा वर्क परमिट इशू किया जाता जां कोई इहो जिही सहूलत दित्ती जांदी कि उह हौली हौली पक्के हो सकन ते वर्क परमिट मिल जावे, काम करके टैक्स कटाउण लगन। ते जापदा आ कि सरकार दे कन्नी इह आवाज़ पई आ ते हुण गल उधर नूं तुरन लगी आ। अंटारियो सूबे तों इह शुरुआत होण लगी आ। इमीग्रेशन मंत्री जिहड़े शॉन फ्रेज़र ने उन्होंने दस्सिया कि अंटारियो दे विच इह इक छोटी पद्धर दे उत्ते प्रोजैक्ट चलाया जाणा जिहदे विच 1000 दे करीब कंसट्रक्शन कामे जिहड़े आ उन्हां नूं वर्क परमिट दित्ते जाणगे। सो जिहड़े लोक कंसट्रक्शन दे खेत्र च काम करदे आ, अंटारियो सूबे दे विच वसदे आ, उन्होंने इलीगल तौर दे उत्ते उत्थे काम कीता कंसट्रक्शन सैक्टर दे विच, उन्हां दे वास्ते हाल दी घड़ी इह पायलट प्रोजैक्ट शुरू किया जा रहा। तो जेकर यह प्रोजैक्ट सफल रहा तो इहनूं होर भी कनेडियन सूबियां दे विच अजमाया जाऊगा। सो मतलब की है सरकार दे भी गल हित विच आ, उन्होंने भी पता कि बहुत सारे लोग विजिटर वीजे ते आए आ जां कोई बॉर्डर क्रॉस करके आया उह गैर कानूनी तौर दे उत्ते लुक छिप के काम कर रहे आ। सो उह एक तरीके नाल अंडरग्राउंड इकोनमी चला रहे आ ते पर रहि कैनेडा दे विच ही रहे आ। सो जेकर उन्हां नूं वर्क परमिट इशू कर दिता जांदा ਤਾਂ ਬੰਦੇ ਤਾਂ ਕੈਨੇਡਾ ਨੂੰ ਚਾਹੀਦੇ ਹੀ ਆ, ਲੇਬਰ ਤਾਂ ਬਾਹਰੋਂ ਮੰਗਵਾ ਹੀ ਰਹੇ ਆ ਉਹ, ਪਰ ਜੇਕਰ ਜੇ ਰਹਿ ਰਹੇ ਆ ਉਹਨਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਲੈ ਆਂਦਾ ਜਾਵੇ ਤਾਂ ਇੱਕ ਤਾਂ ਉਹਨਾਂ ਦੀ ਗਿਣਤੀ ਹੋ ਸਕਦੀ ਆ ਪੂਰੀ, ਦੂਜੀ ਗੱਲ ਹੈ ਕਿ ਉਹ ਜਿਹੜੇ ਬੰਦੇ ਟੈਕਸ ਨਹੀਂ ਕਟਾਉਂਦੇ ਉਹ ਟੈਕਸ ਕਟਾਉਣ ਲੱਗ ਪੈਣਗੇ, ਤੀਜਾ ਉਹਨਾਂ ਨੂੰ ਵੀ ਫਾਇਦਾ ਹੋਊਗਾ ਕਿ ਹੌਲੀ ਹੌਲੀ ਕੰਮ ਕਰਕੇ ਵਰਕ ਪਰਮਿਟ ਦੇ ਉੱਤੇ ਟੈਕਸ ਕਟਾ ਕੇ ਉਹ ਪੱਕੇ ਹੋ ਸਕਣਗੇ। ਸੋ ਇੱਕ ਵਿਨ ਵਿਨ ਸਿਚੁਏਸ਼ਨ ਵਾਲੀ ਗੱਲ ਆ। ਇਹਦੇ ਵਾਸਤੇ ਸ਼ੌਨ ਫਰੇਜ਼ਰ ਹੁਣੀ ਇਹ ਹੁਣ ਨਵਾਂ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਜੀ। ਇਹ 1000 ਕਾਮੇ ਸਿਰਫ ਤੇ ਸਿਰਫ ਅੰਟਾਰੀਓ ਤੋਂ ਹਾਲੇ ਗੱਲ ਸ਼ੁਰੂ ਹੋਈ ਆ, ਅਗਾਂਹ ਹੋਰ ਸੂਬਿਆਂ ਦੇ ਵਿੱਚ ਆ ਸਕਦੀ ਆ। ਪਰ ਜਿਹੜੇ ਲੋਕ ਇਹ ਆਸ ਲਾ ਕੇ ਬੈਠੇ ਸੀਗੇ ਕਿ ਕਦੇ ਨਾ ਕਦੇ ਸੁਣੀ ਜਾਊਗੀ ਵੀ ਇਹ ਗੱਲਾਂ ਚੱਲਦੀਆਂ ਰਹਿੰਦੀਆਂ ਜੀ, ਅਮਰੀਕਾ ਦੇ ਵਿੱਚ ਇੰਨੇ ਬੰਦੇ ਪੱਕੇ ਕਰਤੇ ਜਿਹੜੇ ਇਲੀਗਲ ਸੀਗੇ, ਇੰਗਲੈਂਡ ਨੇ ਇੰਨੇ ਬੰਦੇ ਪੱਕੇ ਕਰਤੇ, ਕੈਨੇਡਾ ਨੇ ਇੰਨੇ ਬੰਦੇ ਪੱਕੇ ਕਰਤੇ, ਹੁਣ ਤਾਂ ਬਹੁਤ ਸਮਾਂ ਹੋ ਗਿਆ। ਪਰ ਉਹ ਆਸ ਜਿਹੜੀ ਆ ਲੈ ਕੇ ਬੈਠੇ ਸੀ ਲੋਕ, ਉਹ ਲੱਗਦਾ ਵੀ ਕਿਤੇ ਨਾ ਕਿਤੇ ਪੂਰੀ ਹੋ ਸਕਦੀ ਆ। ਜੇਕਰ ਇਹ ਪਾਇਲਟ ਪ੍ਰੋਜੈਕਟ ਸਫਲ ਰਿਹਾ ਅੰਟਾਰੀਓ ਦੇ ਵਿੱਚ, ਇਲੀਗਲ ਬੰਦੇ ਕੰਮ ਕਰਨ ਵਾਲੇ ਰਜਿਸਟਰ ਹੋ ਗਏ, ਵਰਕ ਪਰਮਿਟ ਮਿਲ ਗਏ, ਉਦੋਂ ਬਾਅਦ ਦੇ ਵਿੱਚ ਉਹ ਪੱਕੇ ਹੋ ਗਏ, ਤਾਂ ਇਹਦੇ ਨਾਲ ਗੱਲ ਗਾਂਹ ਤੁਰ ਸਕਦੀ ਆ, ਹੋਰ ਸੂਬਿਆਂ 'ਚ ਵੱਧ ਸਕਦੀ ਆ। ਸੋ ਅੰਟਾਰੀਓ ਦੇ ਵਿੱਚ ਜਿਹੜੇ ਲੋਕ ਕੰਸਟਰਕਸ਼ਨ ਇੰਡਸਟਰੀ 'ਚ ਕੰਮ ਕਰ ਰਹੇ ਆ, ਪੇਪਰ ਵਰਕ ਹੈ ਨਹੀਂ ਕੋਲ ਕੋਈ ਵੀ ਕਿਸੇ ਤਰੀਕੇ ਦਾ, ਉਹ 2 ਜਨਵਰੀ 2024 ਤੋਂ ਪਹਿਲਾਂ ਅਪਲਾਈ ਕਰ ਸਕਦੇ ਆ। ਉਹਨਾਂ ਕੋਲ ਤਕਰੀਬਨ 1 ਸਾਲ ਦਾ ਸਮਾਂ ਆ ਅਤੇ ਉਸ ਤੋਂ ਬਾਅਦ ਦੇ ਵਿੱਚ ਫਿਰ ਉਹਨਾਂ ਨੂੰ ਸਕਰੀਨ ਕੀਤਾ ਜਾਊਗਾ। ਉਸ ਹਿਸਾਬ ਦੇ ਨਾਲ ਵੀ ਕੋਈ ਇਸਦੇ ਉੱਤੇ ਕੋਈ ਅਪਰਾਧਿਕ ਕਾਰਵਾਈ ਤਾਂ ਨਹੀਂ ਹੈਗੀ, ਅਤੇ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਫਿਰ ਵਰਕ ਪਰਮਿਟ ਇਸ਼ੂ ਕੀਤੇ ਜਾਣਗੇ ਅਤੇ ਫਿਰ ਗਾਂਹ ਪੱਕੇ ਹੋਣ ਦੇ ਤਰੀਕੇ ਦੱਸੇ ਜਾਣਗੇ। ਸੋ ਉਹ ਲੋਕ ਜਿਹੜੇ ਕੈਨੇਡਾ ਦੇ ਵਿੱਚ ਕੱਚੇ ਤੌਰ ਦੇ ਉੱਤੇ ਰਹਿ ਰਹੇ ਆ, ਲੁਕ ਛਿਪ ਕੇ ਰਹਿ ਰਹੇ ਆ, ਉਹਨਾਂ ਦੇ ਵਾਸਤੇ ਇਹ ਆਸ ਦੀ ਖਬਰ ਅੱਜ ਬਣ ਕੇ ਆਈ ਹੈ ਜੀ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।